ਤਾਂ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ, ਜਿਸ ਦਾ ਮੁੰਡਾ ਪ੍ਰਕਾਸ਼ ਸਿੰਘ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਿਮਲਾ ਦੇ ਵਿੱਚ ਬੈਠਾ ਕੁੜੀਆਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਚਿੱਟੇ ਸਮੇਤ ਗ੍ਰਿਫਤਾਰ ਕਰ ਲਿਆ ਹੈ। ਤਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਮਹਿਲਾ ਵੀ ਹੈ, ਸ਼ਿਮਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ 42 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਹੈ। 1 ਗ੍ਰਾਮ ਦੀ ਕੀਮਤ ਕਾਫੀ ਹੁੰਦੀ ਹੈ, ਤੁਸੀਂ ਹਿਸਾਬ ਲਗਾ ਸਕਦੇ ਹੋ। ਜਿਹੜੇ ਲੋਕ ਇਸ ਨਸ਼ੇ ਬਾਰੇ ਕੁਝ ਜਾਣਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ 42 ਗ੍ਰਾਮ ਚਿੱਟਾ ਇਸ ਦੇ ਕੋਲੋਂ ਬਰਾਮਦ ਕੀਤਾ ਹੈ, ਕਿ ਕਿੰਨਾ ਮਹਿੰਗਾ ਇਹ ਨਸ਼ਾ ਹੈ। 42 ਗ੍ਰਾਮ ਚਿੱਟਾ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਤਾਂ ਐਕਸ ਮੰਤਰੀ ਸਾਹਿਬ ਦਾ ਕਾਕਾ ਚਿੱਟੇ ਸਮੇਤ ਫੜਿਆ ਗਿਆ ਹੈ। ਇੱਕ ਹੋਟਲ ਦੇ ਵਿੱਚ 5 ਰੁਕੇ ਹੋਏ ਸਨ। ਹੋਟਲ ਦੇ ਵਿੱਚ ਇਹ ਕਮਰੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ, ਜੋ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਣਾਈਆਂ ਗਈਆਂ। ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਸੁੱਚਾ ਸਿੰਘ ਲੰਗਾਹ ਦਾ ਮੁੰਡਾ ਜਿਹੜਾ ਹੈ, ਉਹ ਸਿਰ 'ਤੇ ਹੱਥ ਰੱਖ ਕੇ ਬੈਠਾ ਹੋਇਆ ਹੈ, ਸਿਰ ਫੜ ਕੇ ਬੈਠਾ ਹੋਇਆ ਹੈ ਕਿ ਪਤਾ ਨਹੀਂ ਉਸਦੇ ਕੋਲੋਂ ਕਿੱਡੀ ਵੱਡੀ ਗਲਤੀ ਹੋ ਗਈ, ਕਿਉਂਕਿ ਪਿਤਾ ਦੇ ਕੋਲੋਂ ਵੀ ਪਹਿਲਾਂ ਇੱਕ ਗਲਤੀ ਹੋ ਚੁੱਕੀ ਹੈ, ਅਤੇ ਹੁਣ ਮੁੰਡਾ ਵੀ ਪਿਤਾ ਦੀ ਲੀਹੇ ਚੱਲ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਸੁੱਚਾ ਸਿੰਘ ਲੰਗਾਹ, ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਸਜ਼ਾ ਵੀ ਮਿਲੀ ਸੀ, ਅਤੇ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਨ, ਅਤੇ ਉਸ ਵੇਲੇ ਸੁੱਚਾ ਸਿੰਘ ਲੰਗਾਹ ਦੇ ਕੋਲੋਂ ਮਾਫੀਆਂ ਵੀ ਮੰਗਵਾਈਆਂ ਗਈਆਂ ਸੀ। 5 ਵਾਰ ਅਕਾਲ ਤਖ਼ਤ ਸਾਹਿਬ ਵਿਖੇ ਇਹਨਾਂ ਨੇ ਖੜ ਕੇ ਮਾਫੀ ਮੰਗੀ ਸੀ। ਤੁਹਾਨੂੰ ਦੱਸ ਦਿੰਦੇ ਹਾਂ, ਦਰਅਸਲ 2017 ਦੇ ਵਿੱਚ ਇੱਕ ਮਹਿਲਾ ਵੱਲੋਂ ਸੁੱਚਾ ਸਿੰਘ ਲੰਗਾਹ 'ਤੇ ਰੇਪ ਕਰਨ ਦੇ ਅਤੇ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਇਹ ਸਿੱਧ ਵੀ ਹੋ ਗਿਆ ਸੀ। ਅਤੇ ਸੁੱਚਾ ਸਿੰਘ ਲੰਗਾਹ ਨੇ ਜਿਹੜੀ ਮਾਫੀ ਮੰਗੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਮੰਗੀ, ਕਿਉਂਕਿ SGPC ਮੈਂਬਰ ਵੀ ਰਹਿ ਚੁੱਕੇ ਨੇ ਅਤੇ ਮੰਤਰੀ ਵੀ ਰਹਿ ਚੁੱਕੇ ਨੇ। ਸੁੱਚਾ ਸਿੰਘ ਲੰਗਾਹ ਅਕਾਲੀ ਦਲ ਦੇ ਅਕਾਲੀ ਆਗੂ ਨੇ। ਸੁੱਚਾ ਸਿੰਘ ਲੰਗਾਹ ਅਕਾਲੀ ਤਖ਼ਤ ਦੇ ਵੱਲੋਂ ਤਨਖਾਹ ਵੀ ਲਗਾਈ ਗਈ ਸੀ ਇਹਨਾਂ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿਉਂਕਿ ਐਕਸ ਮੰਤਰੀ ਸੁੱਚਾ ਸਿੰਘ ਲੰਗਾਹ, ਜਿਨ੍ਹਾਂ ਦਾ ਮੁੰਡਾ ਗ੍ਰਿਫਤਾਰ ਹੋ ਗਿਆ ਹੈ, ਕੁਝ ਸਮੇਂ ਪਹਿਲਾਂ ਖੁਦ ਚਰਚਾਵਾਂ ਦੇ ਵਿੱਚ ਸਨ, ਅਤੇ ਹੁਣ ਮੁੰਡਾ ਚਰਚਾਵਾਂ ਦਾ ਵਿਸ਼ਾ ਬਣਨ ਨੂੰ ਤਿਆਰ ਹੋ ਗਿਆ ਹੈ, ਕਿਉਂਕਿ 42 ਗ੍ਰਾਮ ਚਿੱਟਾ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਇੱਕ ਔਰਤ ਵੀ ਗ੍ਰਿਫਤਾਰ ਕੀਤੀ ਗਈ ਹੈ ਇਹਨਾਂ ਦੇ ਕਮਰੇ 'ਚੋਂ। ਕੁੱਲ ਮਿਲਾ ਕੇ 5 ਜਣੇ ਇੱਕ ਕਮਰੇ ਦੇ ਵਿੱਚ ਸਨ, ਅਤੇ ਚਿੱਟਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ। ਤਾਂ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜਿਸ ਦਾ ਮੁੰਡਾ ਪ੍ਰਕਾਸ਼ ਸਿੰਘ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਿਮਲਾ ਦੇ ਵਿੱਚ ਬੈਠਾ ਕੁੜੀਆਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਚਿੱਟੇ ਸਮੇਤ ਗ੍ਰਿਫਤਾਰ ਕਰ ਲਿਆ ਹੈ। ਤਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਵਿੱਚ ਤੁਹਾਨੂੂੰ ਦੱਸ ਦਈਏ ਕਿ ਇੱਕ ਮਹਿਲਾ ਵੀ ਹੈ, ਸ਼ਿਮਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ 42 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਹੈ। 1 ਗ੍ਰਾਮ ਦੀ ਕੀਮਤ ਕਾਫੀ ਹੁੰਦੀ ਹੈ, ਤੁਸੀਂ ਹਿਸਾਬ ਲਗਾ ਸਕਦੇ ਹੋ। ਜਿਹੜੇ ਲੋਕ ਇਸ ਨਸ਼ੇ ਬਾਰੇ ਕੁਝ ਜਾਣਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ 42 ਗ੍ਰਾਮ ਚਿੱਟਾ ਇਸ ਦੇ ਕੋਲੋਂ ਬਰਾਮਦ ਕੀਤਾ ਹੈ, ਕਿ ਕਿੰਨਾ ਮਹਿੰਗਾ ਇਹ ਨਸ਼ਾ ਹੈ। 42 ਗ੍ਰਾਮ ਚਿੱਟਾ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਤਾਂ ਐਕਸ ਮੰਤਰੀ ਸਾਹਿਬ ਦਾ ਕਾਕਾ ਚਿੱਟੇ ਸਮੇਤ ਫੜਿਆ ਗਿਆ ਹੈ। ਇੱਕ ਹੋਟਲ ਦੇ ਵਿੱਚ 5 ਰੁਕੇ ਹੋਏ ਸਨ। ਹੋਟਲ ਦੇ ਵਿੱਚ ਇਹ ਕਮਰੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ, ਜੋ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਣਾਈਆਂ ਗਈਆਂ। ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਸੁੱਚਾ ਸਿੰਘ ਲੰਗਾਹ ਦਾ ਮੁੰਡਾ ਜਿਹੜਾ ਹੈ, ਉਹ ਸਿਰ 'ਤੇ ਹੱਥ ਰੱਖ ਕੇ ਬੈਠਾ ਹੋਇਆ ਹੈ, ਸਿਰ ਫੜ ਕੇ ਬੈਠਾ ਹੋਇਆ ਹੈ, ਕਿ ਪਤਾ ਨਹੀਂ ਉਸਦੇ ਕੋਲੋਂ ਕਿੱਡੀ ਵੱਡੀ ਗਲਤੀ ਹੋ ਗਈ, ਕਿਉਂਕਿ ਪਿਤਾ ਦੇ ਕੋਲੋਂ ਵੀ ਪਹਿਲਾਂ ਇੱਕ ਗਲਤੀ ਹੋ ਚੁੱਕੀ ਹੈ, ਅਤੇ ਹੁਣ ਮੁੰਡਾ ਵੀ ਪਿਤਾ ਦੀ ਲੀਹੇ ਚੱਲ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਸੁੱਚਾ ਸਿੰਘ ਲੰਗਾਹ, ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਸਜ਼ਾ ਵੀ ਮਿਲੀ ਸੀ,
ਤੇ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਨ ਤੇ ਉਸ ਵੇਲੇ ਸੁੱਚਾ ਸਿੰਘ ਲੰਗਾਹ ਦੇ ਕੋਲੋਂ ਮਾਫੀਆਂ ਵੀ ਮੰਗਵਾਈਆਂ ਗਈਆਂ ਸੀ। 5 ਵਾਰ ਅਕਾਲ ਤਖਤ ਸਾਹਿਬ ਵਿਖੇ ਇਹਨਾਂ ਨੇ ਖੜ ਕੇ ਮਾਫੀ ਮੰਗੀ ਸੀ। ਤੁਹਾਨੂੰ ਦੱਸ ਦਿੰਦੇ ਹਾਂ, ਦਰਅਸਲ 2017 ਦੇ ਵਿੱਚ ਇੱਕ ਮਹਿਲਾ ਵੱਲੋਂ ਸੁੱਚਾ ਸਿੰਘ ਲੰਗਾਹ ਤੇ ਰੇਪ ਕਰਨ ਦੇ ਅਤੇ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਇਹ ਸਿੱਧ ਵੀ ਹੋ ਗਿਆ ਸੀ ਤੇ ਸੁੱਚਾ ਸਿੰਘ ਲੰਗਾਹ ਨੇ ਜਿਹੜੀ ਮਾਫੀ ਮੰਗੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੰਗੀ, ਕਿਉਂਕਿ SGPC ਮੈਂਬਰ ਵੀ ਰਹਿ ਚੁੱਕੇ ਨੇ ਤੇ ਮੰਤਰੀ ਵੀ ਰਹਿ ਚੁੱਕੇ ਨੇ। ਸੁੱਚਾ ਸਿੰਘ ਲੰਗਾਹ ਅਕਾਲੀ ਦਲ ਦੇ ਅਕਾਲੀ ਆਗੂ ਨੇ, ਸੁੱਚਾ ਸਿੰਘ ਲੰਗਾਹ ਅਕਾਲੀ ਤਖਤ ਦੇ ਵੱਲੋਂ ਤਨਖਾਹ ਵੀ ਲਗਾਈ ਗਈ ਸੀ ਇਹਨਾਂ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿਉਂਕਿ ਐਕਸ ਮੰਤਰੀ ਸੁੱਚਾ ਸਿੰਘ ਲੰਗਾਹ ਜਿਨ੍ਹਾਂ ਦਾ ਮੁੰਡਾ ਗ੍ਰਿਫਤਾਰ ਹੋ ਗਿਆ ਹੈ, ਕੁਝ ਸਮੇਂ ਪਹਿਲਾਂ ਖੁਦ ਚਰਚਾਵਾਂ ਦੇ ਵਿੱਚ ਸਨ ਤੇ ਹੁਣ ਮੁੰਡਾ ਚਰਚਾਵਾਂ ਦਾ ਵਿਸ਼ਾ ਬਣਨ ਨੂੰ ਤਿਆਰ ਹੋ ਗਿਆ ਹੈ, ਕਿਉਂਕਿ 42 ਗ੍ਰਾਮ ਚਿੱਟਾ ਇਸ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਇੱਕ ਔਰਤ ਵੀ ਗ੍ਰਿਫਤਾਰ ਕੀਤੀ ਗਈ ਹੈ ਇਹਨਾਂ ਦੇ ਕਮਰੇ 'ਚੋਂ। ਕੁੱਲ ਮਿਲਾ ਕੇ 5 ਜਣੇ ਇੱਕ ਕਮਰੇ ਦੇ ਵਿੱਚ ਸਨ ਅਤੇ ਚਿੱਟਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ।